ਭਾਰਤ ਨੂੰ ਆਜ਼ਾਦ ਹੋਏ ਭਾਵੇਂ ਹੀ 70 ਸਾਲ ਬੀਤ ਗਏ ਹਨ, ਪਰ ਭਾਰਤ ਦੇ ਯੋਧਿਆਂ ਨੇ ਆਪਣੀ ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਤਾਂ ਕਰਵਾਤਾ, ਪਰ ਪੰਜਾਬ ਸੂਬਾ ਅਜੇ ਵੀ ਅਗਿਆਨਤਾ ਦਾ ਗੁਲਾਮ ਹੋਇਆ ਬੈਠਾ, ਜਿਸ ਦੀ ਤਾਜ਼ਾ ਮਿਸਾਲ ਤਰਨ ਤਾਰਨ ਦੇ ਖੇਡ ਸਟੇਡੀਅਮ 'ਚ 26 ਜਨਵਰੀ ਵਾਲੇ ਦਿਨ ਵੇਖਣ ਨੂੰ ਮਿਲੀ, ਜਿੱਥੇ ਕਿ ਸੀਨੀਅਰ ਸੈਕੰਡਰੀ ਜਮਾਤ ਦੇ ਵਿਦਿਆਰਥੀਆਂ ਨੂੰ ਇਹ ਵੀ ਨਹੀਂ ਪਤਾ ਸੀ ਕਿ 26 ਜਨਵਰੀ ਵਾਲੇ ਦਿਨ ਕੀ ਹੋਇਆ। ਕੁਝ ਵਿਦਿਆਰਥੀਆਂ ਦਾ ਕਹਿਣਾ ਕਿ ਇਸ ਦਿਨ ਭਾਰਤ ਆਜ਼ਾਦ ਹੋਇਆ ਸੀ ਅਤੇ ਕੁਝ ਕਹਿੰਦੇ ਸੀ ਕਿ ਅਸੀਂ ਸਟੇਡੀਅਮ ਵਿੱਚ ਪਰੇਡ ਕਰਨ ਆਏ ਹਾਂ, ਜਿਸ ਤੋਂ ਸਾਬਤ ਹੁੰਦਾ ਕਿ ਸਾਡੇ ਸੂਬੇ ਦਾ ਵਿੱਦਿਆ ਢਾਂਚਾ ਕਿੰਨਾ ਥੱਲੇ ਡਿੱਗਿਆ ਹੋਇਆ ਅਤੇ ਵਿਦਿਆਰਥੀਆਂ ਨੂੰ ਜਾਂ ਬੱਚਿਆਂ ਨੂੰ ਦੇਸ਼ ਦੇ ਦੋ ਮਹੱਤਵਪੂਰਨ ਦਿਨਾਂ ਦਾ ਵੀ ਨਹੀਂ ਪਤਾ। ਜਦਕਿ ਹਰ ਸਾਲ ਤਰਨ ਤਾਰਨ ਵਿੱਚ 26 ਜਨਵਰੀ ਅਤੇ 15 ਅਗਸਤ ਦਿਨ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਖੇਡ ਸਟੇਡੀਅਮ ਵਿੱਚ ਬੁਲਾ ਕੇ ਇਸ ਦਿਨ ਲੱਖਾਂ ਰੁਪਏ ਖਰਚ ਕਰਕੇ ਇਹ ਦਿਹਾੜਾ ਮਨਾਇਆ ਜਾਂਦਾ, ਤਾਂ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਇਸ ਦਿਨ ਨੂੰ ਨਾ ਭੁੱਲੇ ਅਤੇ ਇਸ ਦੀ ਮਹੱਤਤਾ ਬਰਕਰਾਰ ਰਹੇ। ਪਰ ਤਰਨ ਤਾਰਨ ਦਾ ਪ੍ਰਸ਼ਾਸਨ ਆਪਣੀ ਫੋਕੀ ਠਾਠ ਬਾਠ ਤੇ ਫੋਕੀ ਸ਼ੋਹਰਤ ਲਈ ਇਸ ਦਿਨ ਤੇ ਲੱਖਾਂ ਰੁਪਏ ਖਰਚ ਕਰ ਦਿੰਦਾ ਹੈ, ਪਰ ਜਿਸ ਮਹੱਤਤਾ ਨੂੰ ਲੈ ਕੇ ਇਹ ਦਿਨ ਮਨਾਇਆ ਜਾਂਦਾ ਹੈ ਉਸ ਮਹੱਤਤਾ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਵਿਦਿਆਰਥੀ ਇਸ ਦਿਨ ਸਿਰਫ ਤੇ ਸਿਰਫ ਪਰੇਡ ਕਰਨ ਤੱਕ ਹੀ ਸੀਮਿਤ ਹਨ। ਦੇਸ਼ ਆਜ਼ਾਦ ਹੋਇਆ ਇਸ ਦਿਨ, ਅੱਜ ਕਿੰਨੀ ਤਰੀਕ ਆ? 26 ਜਨਵਰੀ ਦੇਸ਼ ਆਜ਼ਾਦ ਹੋਇਆ ਸੀ ਆਪਣਾ। ਠੀਕ, ਬੜੀ ਬਾਰੇ ਦੱਸਣ ਆਏ ਆ, ਬੜੀ ਬਾਰੇ ਦੱਸਣ ਆਏ ਆ ਕਿ ਸਾਨੂੰ ਨਸ਼ਿਆਂ ਤੇ ਰੋਕ ਲਾਉਣੀ ਚਾਹੀਦੀ ਹੈ। ਅੱਜ ਦਾ ਦਿਨ ਕਿਉਂ ਮਨਾਇਆ ਜਾਂਦਾ ਆਪਣੇ ਦੇਸ਼ ਦੇ ਵਿੱਚ? ਕੀ ਕਾਰਨ ਕੀ ਦੇਸ਼ ਅੱਜ ਗਣਤੰਤਰ ਦਿਵਸ ਹੈ? ਅੱਜ ਕੀ ਹੁੰਦਾ ਇਸ ਦਿਨ, ਕੀ ਹੋਇਆ ਸੀ, ਗਣਤੰਤਰ ਦਿਵਸ ਕਿਉਂ ਮਨਾਉਂਦੇ ਆ? ਇਸ ਦਿਨ 26 ਜਨਵਰੀ ਜਨਵਰੀ ਦਾ ਕੀ ਮਹੱਤਵ ਆ? ਅੱਜ ਦਿਨ ਕਿਉਂ ਮਨਾਇਆ ਜਾਂਦਾ ਆਪਣੇ ਦੇਸ਼ ਦੇ ਵਿੱਚ? ਇਸ ਦਿਨ ਆਪਣੇ ਦੇਸ਼ ਨੂੰ ਆਜ਼ਾਦੀ ਮਿਲੀ, ਆਜ਼ਾਦੀ ਮਿਲੀ ਦੇਸ਼ ਨੂੰ। 15 ਅਗਸਤ ਵਾਲੇ ਦਿਨ ਕੀ ਮਿਲਿਆ? ਕਿੱਥੇ ਆ ਜੀ? ਅਸੀਂ ਇੱਥੇ ਗਣਤੰਤਰ ਦਿਵਸ ਤੇ ਆਏ ਆ। ਕੀ ਕਰਨਾ ਹੈ ਜੀ ਇੱਥੇ? ਇੱਥੇ ਅਸੀਂ ਬੜੀ ਗਰੁੱਪ ਹੈ ਤੇ ਇੱਥੇ ਅਸੀਂ ਨਸ਼ੇ ਛੱਡੋ ਬਾਰੇ ਕਹਿਣਾ ਹੈ। ਨਹੀਂ, ਅੱਜ ਦੇ ਦਿਨ ਪਤਾ ਸੀ ਕੀ ਹੋਇਆ ਤੁਹਾਨੂੰ, ਕੀ ਹੋਇਆ ਕੀ ਨਹੀਂ ਹੋਇਆ ਅੱਜ ਦਿਨ? ਲਾਲ ਸਿੰਘ ਮੋਰੇ ਪਬਲਿਕ ਸਕੂਲ। ਅੱਜ ਕਿੱਥੇ ਆਏ ਤੁਸੀਂ ਬੇਟਾ, ਪਤਾ ਕੁਝ? ਪੁਲਿਸ ਲਾਈਨ। ਪੁਲਿਸ ਲਾਈਨ ਕੀ ਕਰਨਾ ਹੈ? ਪਰੇਡ। ਪਰੇਡ ਕਰਨਾ ਹੈ ਜੀ? ਅੱਜ ਦੇ ਦਿਨ ਕੀ ਹੋਇਆ ਸੀ ਪਤਾ ਕੁਝ ਤੁਹਾਨੂੰ? 26 ਜਨਵਰੀ ਹੈ। ਕੀ ਹੋਇਆ ਸੀ 26 ਜਨਵਰੀ, ਕਿਉਂ ਮਨਾਉਂਦੇ ਆ 26 ਜਨਵਰੀ? ਨਹੀਂ ਪਤਾ, ਕਦੀ ਦੱਸਿਆ ਨਹੀਂ ਸਕੂਲ ਦੇ ਟੀਚਰਸ ਨੇ ਕਦੀ ਵੀ ਦੱਸਿਆ ਨਹੀਂ? 7th ਕਲਾਸ ਹੈ। ਤਰਨ ਤਾਰਨ ਤੋਂ ਹਰਜਿੰਦਰ ਗੱਬਰ, ਪੰਜਾਬ TV।